ਕੀ ਤੁਹਾਨੂੰ ਪਤਾ ਬਾਬਾ ਨਾਨਕ ਸਿੰਘ ਜੀ ਨੇ ਜਿੱਥੇ ਬੈਠ ਕੇ ਭਗਤੀ ਕੀਤੀ ਸੀ ਉੱਤੇ ਉੱਪਰ ਹੀ ਇੱਕ ਕਿੱਲ ਠੋਕਿਆ ਤੇ ਉਸ ਕਿੱਲ ਨਾਲ ਆਪਣੇ ਕੇਸ ਮਤਲਬ ਵਾਲ ਬੰਨ ਦਿੱਤੇ। ਇਹਨਾਂ ਦਾ ਤੁਹਾਨੂੰ ਵੀ ਪਤਾ ਹੋਣਾ ਕਿ ਤਪੱਸਿਆ ਕਰਨ ਦੇ ਲਈ ਘਰ ਪਰਿਵਾਰ ਦੇ ਨਾਲ ਨਾਲ ਭੁੱਖ ਨੀਂਦ ਵੀ ਤਿਆਗਣਾ ਪੈਂਦਾ, ਪਰ ਬਾਬਾ ਜੀ ਨੇ ਆਪਣੇ ਕੇਸ ਕਿਉਂ ਬੰਨੇ ਸੀ ਜਾਣਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਹੋਰ ਵੀਡੀਓ ਦੇਖਣ ਲਈ ਹੇਠਾਂ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਵੀ ਦਬਾ ਦੇਣਾ। ਬਾਬਾ ਨਾਨਕ ਸਿੰਘ ਜੀ ਦਾ ਭਗਤੀ ਕਰਨ ਦਾ ਇੱਕੋ ਇੱਕ ਮਕਸਦ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਤੇ ਬਾਬਾ ਜੀ ਨੇ ਆਪਣੇ ਕੇਸ ਉੱਪਰ ਕਿਉਂ ਬੰਨੇ ਸੀ ਇਸ ਗੱਲ ਨੂੰ ਧਿਆਨ ਨਾਲ ਸਮਝਣਾ। ਜੇਕਰ ਲਗਾਤਾਰ ਭਗਤੀ ਕਰਦੇ ਸਮੇਂ ਉਹਨਾਂ ਨੂੰ ਨੀਂਦ ਆ ਵੀ ਜਾਂਦੀ ਤਾਂ ਫਿਰ ਨੀਂਦ 'ਚ ਉਹਨਾਂ ਦਾ ਸਿਰ ਹੇਠਾਂ ਵੱਲ ਨੂੰ ਝੁਕਦਾ ਤੇ ਉੱਪਰੋਂ ਵਾਲਾਂ ਨੂੰ ਇੱਕਦਮ ਖਿੱਚ ਪੈ ਜਾਂਦੀ ਸੀ, ਜਿਸ ਨਾਲ ਉਹਨਾਂ ਦੀ ਨੀਂਦ ਟੁੱਟ ਜਾਂਦੀ ਤੋਂ ਫਿਰ ਤੋਂ ਆਪਣੇ ਧਿਆਨ 'ਚ ਲੱਗ ਜਾਂਦੇ। ਇੰਨੀ ਕਠੋਰ ਭਗਤੀ ਕਰਨ ਦੇ ਬਾਅਦ ਆਖਿਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤੇ ਫਿਰ ਬਾਬਾ ਨਾਨਕ ਸਿੰਘ ਜੀ ਨੇ ਕੀ ਮੰਗਿਆ, ਇਸ ਬਾਰੇ ਨੈਕਸਟ ਵੀਡੀਓ 'ਚ ਗੱਲ ਕਰਾਂਗੇ। ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ।